ਜਿਨ੍ਹਾਂ ਝੋਟੀਆਂ ਜਾਂ ਫਿਰ ਵਿਹੜਾਂ ਦੀ ਉਮਰ 3.5-4 ਸਾਲ ਹੋ ਗਈ ਆ, ਪਰ ਉਹ ਹੀਟ ਦੇ ਵਿੱਚ ਨਹੀਂ ਆ ਰਹੀਆਂ, ਜਾਂ ਫਿਰ ਹੀਟ ਦੇ ਵਿੱਚ ਤਾਂ ਆ ਰਹੀਆਂ ਪਰ ਉਹਨਾਂ ਦੀ ਬੱਚੇਦਾਨੀ ਗਰੋਥ ਨਹੀਂ ਕਰ ਰਹੀਗੀ, ਉਹਨਾਂ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਤੁਸੀਂ ਵੀਡੀਓ ਨੂੰ ਲਾਸਟ ਤੱਕ ਸੁਣਿਓ ਬਿਨਾਂ ਸਕਿੱਪ ਕੀਤੇ ਹੋਏ। ਸਵਾਗਤ ਆ ਕਿਸਾਨ ਵੀਰੋ ਤੁਹਾਡੇ ਆਪਣੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ। ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਬੇਨਤੀ ਆ ਛੋਟੀ ਜੀ, ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ, ਜੇ ਆਪਣੇ ਚੈਨਲ 'ਤੇ ਤੁਸੀਂ ਪਹਿਲੀ ਵਾਰੀ ਆਏ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਔਨ ਕਰ ਲਿਓ, ਅਤੇ ਜੇ ਸਾਡੀ ਵੀਡੀਓ ਤੁਸੀਂ ਫੇਸਬੁੱਕ 'ਤੇ ਦੇਖ ਰਹੇ ਹਾਂ ਪੇਜ ਨੂੰ ਆਪਣੇ ਨੂੰ ਲਾਈਕ ਅਤੇ ਫੋਲੋ ਕਰ ਲਿਓ, ਧੰਨਵਾਦ। ਕਿਸਾਨ ਵੀਰੋ, ਪਸ਼ੂ ਪਾਲਣ ਦਾ ਕਿੱਤਾ ਤਾਂ ਹੀ ਕਾਮਯਾਬ ਹੋ ਸਕਦਾ ਜੇਕਰ ਆਪਣੀਆਂ ਪਹਿਲਾਂ ਝੋਟੀਆਂ ਅਤੇ ਵਿਹੜਾਂ ਸਮੇਂ ਸਿਰ ਗੱਭਣ ਹੋ ਜਾਣ। ਪਰ ਅੱਜ ਦੇ ਸਮੇਂ ਦੇ ਵਿੱਚ ਕਾਫੀ ਪ੍ਰੋਬਲਮ ਦੇਖਣ ਨੂੰ ਮਿਲਦੀ ਆ। ਆਪਣੀਆਂ ਝੋਟੀਆਂ ਅਤੇ ਵਿਹੜਾਂ ਉਮਰ ਦੇ ਹਿਸਾਬ ਨਾਲ ਆਪਣਾ ਵਜ਼ਨ ਤਾਂ ਪੂਰਾ ਕਰ ਰਹੀਆਂ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਆਪਾਂ ਨੂੰ ਝੋਟੀਆਂ ਅਤੇ ਵਿਹੜਾਂ ਦੇ ਲਈ ਇੱਕ ਐਵਰੇਜ ਵਜ਼ਨ ਘੱਟ ਤੋਂ ਘੱਟ ਜਿਹੜਾ 3 ਕੁਇੰਟਲ ਤੋਂ ਪਲੱਸ ਚਾਹੀਦਾ ਹੁੰਦਾ ਪਹਿਲੀ ਵਾਰੀ ਆਪਣੇ ਪਸ਼ੂ ਨੂੰ ਪ੍ਰੈਗਨੈਂਟ ਕਰਾਉਣ ਦੇ ਲਈ। ਪਰ ਪ੍ਰੋਬਲਮ ਕੀ ਆਉਂਦੀ ਆ, ਜਾਂ ਤਾਂ ਆਪਣੀਆਂ ਪਲੂਣ ਝੋਟੀਆਂ ਅਤੇ ਵਿਹੜਾਂ ਹੀਟ ਦੇ ਵਿੱਚ ਨਹੀਂ ਆਉਂਦੀਆਂ, ਜਾਂ ਫਿਰ ਹੀਟ ਦੇ ਵਿੱਚ ਵੀ ਆ ਰਹੀਆਂ ਪਰ ਜਦੋਂ ਆਪਾਂ ਆਪਣੇ ਡਾਕਟਰ ਨੂੰ ਟੀਕਾ ਭਰਾਉਣ ਦੇ ਲਈ ਸੱਦਦੇ ਹਾਂ ਤਾਂ ਆਪਾਂ ਨੂੰ ਕਹਿੰਦੇ ਵੀ ਹਜੇ ਬੱਚੇਦਾਨੀ ਬਹੁਤ ਕਮਜ਼ੋਰ ਆ, ਇਹਨੇ ਗੱਭਣ ਨਹੀਂ ਹੋਣਾ, ਅਤੇ ਆਪਾਂ ਕੋਈ ਪਾਊਡਰ ਜਾਂ ਗੋਲੀਆਂ ਡਾਕਟਰ ਸਾਹਿਬ ਤੋਂ ਲਿਖਾ ਲੈਂਦੇ ਹਾਂ। ਪਰ ਆਪਾਂ ਇਹ ਪਾਊਡਰ ਗੋਲੀਆਂ ਕਾਫੀ ਲੰਬੇ ਸਮੇਂ ਤੋਂ ਦੇ ਰਹੇ ਹਾਂ ਫਿਰ ਵੀ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਗਾ, ਮਹਿੰਗੀਆਂ ਮਹਿੰਗੀਆਂ ਗੋਲੀਆਂ ਅਤੇ ਪਾਊਡਰ ਪਾ ਕੇ ਥੱਕ ਚੁੱਕੇ ਹਾਂ, ਅੱਕ ਗਏ ਹਾਂ। ਪਰ ਇਹਦੇ ਪਿੱਛੇ ਥੋੜ੍ਹਾ ਜਿਹਾ ਕਾਰਨ ਹੁੰਦਾ ਜਿਹੜਾ ਆਪਣੇ ਵਿੱਚ ਖੁਰਾਕ ਪਾਉਣ ਵੱਲੋਂ ਘਾਟ ਤਾਂ ਨਹੀਂ ਕਹਿ ਸਕਦੇ ਕਿ ਇੱਕ ਬੇਸਮਝੀ ਵਾਲੀ ਖੁਰਾਕ ਪਾਈ ਹੋ ਸਕਦੀ ਆ ਜਿਹਦੇ ਕਾਰਨ ਆਪਣੇ ਪਸ਼ੂ ਦਾ ਭਾਰ ਤਾਂ ਵੱਧ ਜਾਂਦਾ ਪਰ ਬੱਚੇਦਾਨੀ ਦੇ ਵਿੱਚ ਕੋਈ ਰਿਜ਼ਲਟ ਨਹੀਂ ਮਿਲਦਾ ਗਾ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਗੱਲ ਕਰ ਲਈਏ ਤਾਂ ਪਸ਼ੂਆਂ ਦੇ ਲਈ ਪਾਉਣ ਵਾਲੀ ਖੁਰਾਕ ਦੇ ਵਿੱਚ ਜਿਹੜੀਆਂ ਚੀਜ਼ਾਂ ਤੋਂ ਆਪਾਂ ਨੂੰ ਪ੍ਰੋਟੀਨ ਮਿਲਣਾ ਉਹ ਸਾਰੀਆਂ ਮਹਿੰਗੀਆਂ, ਖਾਲ ਲਾ ਲਈਏ ਜਾਂ ਕੋਈ ਹੋਰ ਚੀਜ਼ਾਂ ਲਾ ਲਈਏ। ਇਸ ਕਰਕੇ ਆਪਾਂ ਆਪਣੇ ਪਸ਼ੂਆਂ ਦੇ ਲਈ ਅਨਾਜ ਦੀ ਵਰਤੋਂ ਜ਼ਿਆਦਾ ਕਰਦੇ ਹਾਂ, ਜਿਵੇਂ ਆਪਣੇ ਪਸ਼ੂ ਤਾਜ਼ੇ ਸੂੰਦੇ ਆ ਸਾਰੇ ਜਾਣੇ ਲੇਟੀ ਦੀ ਵਰਤੋਂ ਕਰਦੇ ਆ ਤਾਂ ਉਹੀ ਲੇਟੀ ਜਿਹੜੀ ਹੁੰਦੀ ਆਪਾਂ ਕਟਰੂਆਂ ਨੂੰ ਵੀ ਸ਼ੁਰੂ ਕਰ ਲੈਂਦੇ ਹਾਂ ਜਿਹਦੇ ਕਾਰਨ ਵੇਟ ਤਾਂ ਆਪਣੇ ਕਟਰੂ ਲੈਣਾ ਸ਼ੁਰੂ ਕਰ ਦਿੰਦੇ ਆ, ਜਾਂ ਫਿਰ ਜਿਵੇਂ ਅੱਜ ਕੱਲ੍ਹ ਸਾਈਲੇਜ ਪੈਂਦਾ ਵਾ ਉਹਦੇ ਨਾਲ ਵੇਟ ਬਹੁਤ ਜਲਦੀ ਵੱਧ ਜਾਂਦਾ, ਆਪਣੇ ਪਸ਼ੂ ਦਾ ਵੇਟ ਸਮੇਂ ਸਿਰ ਪੂਰਾ ਹੋ ਜਾਂਦਾ। ਪਰ ਪ੍ਰੋਟੀਨ ਦੀ ਘਾਟ ਹੋਣ ਦੇ ਕਾਰਨ ਬੱਚੇਦਾਨੀ ਦੇ ਵਿੱਚ ਕਮਜ਼ੋਰੀ ਰਹਿ ਜਾਂਦੀ ਆ ਜਿਹਦੇ ਕਾਰਨ ਜਦੋਂ ਆਪਾਂ ਪਸ਼ੂ ਆਪਣਾ ਗੱਭਣ ਕਰਨਾ ਹੁੰਦਾ ਉਦੋਂ ਬਹੁਤ ਦਿੱਕਤ ਪਰੇਸ਼ਾਨੀਆਂ ਆਉਂਦੀਆਂ, ਕੋਈ ਪਾਊਡਰ ਗੋਲੀਆਂ ਰਿਜ਼ਲਟ ਨਹੀਂ ਦਿੰਦੀਆਂ ਉਦੋਂ ਕਿਉਂਕਿ ਆਪਣੀ ਖੁਰਾਕ ਦੇ ਵਿੱਚ ਕਮੀ ਰਹੀ ਹੁੰਦੀ ਹੈ। ਇੱਦਾਂ ਦੀ ਦਿੱਕਤ ਅਤੇ ਪਰੇਸ਼ਾਨੀ ਅੱਗੇ ਭਵਿੱਖ ਦੇ ਵਿੱਚ ਨਾ ਆਵੇ ਇਹਦੇ ਲਈ ਤੁਸੀਂ ਜਾਂ ਤਾਂ ਸਟਾਰਟਿੰਗ ਤੋਂ ਹੀ ਆਪਣੇ ਪਸ਼ੂ ਦੇ ਜਦੋਂ ਕੋਈ ਅਨਾਜ ਦਿੰਦੇ ਹਾਂ ਤਾਂ ਉਹਦੇ ਨਾਲ ਕੋਈ ਪ੍ਰੋਟੀਨ ਵਾਲੀ ਚੀਜ਼ ਜਾਂ ਫਿਰ ਜਿਹੜੀ ਆਪਣੀ ਸਰ੍ਹੋਂ ਦੀ ਖਾਲ ਹੁੰਦੀ ਆ ਉਹਦੀ ਮਾਤਰਾ ਜ਼ਰੂਰ ਜਿੰਨੀ ਕੁ ਲੋੜ ਅਨੁਸਾਰ ਆਪਣੇ ਪਸ਼ੂ ਨੂੰ ਦਿੰਦੇ ਰਿਹਾ ਕਰੋ। ਜੇ ਤੁਸੀਂ ਸਟਾਰਟਿੰਗ ਦੇ ਵਿੱਚ ਨਹੀਂ ਵੀ ਖਰਚਾ ਕਰ ਸਕਦੇ ਤਾਂ ਜਦੋਂ ਤੁਹਾਨੂੰ ਪਤਾ ਸਾਡਾ ਪਸ਼ੂ ਥੋੜ੍ਹੇ ਸਮੇਂ ਦੇ ਵਿੱਚ ਇਹਦਾ ਵੇਟ ਪੂਰਾ ਹੋ ਜਾਣਾ 3 ਕੁਇੰਟਲ ਦੇ ਲਗਭਗ ਤਾਂ ਤੁਸੀਂ ਆਪਣੇ ਐਨੀਮਲ ਨੂੰ ਸਰ੍ਹੋਂ ਦੀ ਖਾਲ ਜ਼ਰੂਰ ਦੇਣੀ ਸ਼ੁਰੂ ਕਰ ਦਿਉ। ਉਦੋਂ ਦੀ ਖਾਲ ਦੀ ਮਾਤਰਾ ਪੂਰੀ ਫੁੱਲ ਰੱਖੋ ਜਿੰਨੀ ਤੁਸੀਂ ਐਨੀਮਲ ਨੂੰ ਲੋੜ ਦੇ ਹਿਸਾਬ ਨਾਲ ਦੇ ਸਕਦੇ ਹਾਂ। ਬਾਕੀ ਜੇ ਫਿਰ ਵੀ ਹੁਣ ਤੁਹਾਨੂੰ ਦਿੱਕਤ ਪਰੇਸ਼ਾਨੀ ਆ ਰਹੀ ਆ ਤਾਂ ਤੁਸੀਂ ਸਰ੍ਹੋਂ ਦੀ ਖਲ ਤਾਂ ਪਾਉਣੀ ਪਾਉਣੀ ਆ, ਉਹਦੇ ਨਾਲ ਤੁਸੀਂ ਕੀ ਕਰਨਾ 15 ਕਿਲੋ ਮੱਕੀ ਲੈ ਲੈਣੀ ਆ, ਤੁਸੀਂ 15 ਕਿਲੋ ਕਣਕ ਲੈ ਲੈਣੀ ਆ, ਦੋਨਾਂ ਚੀਜ਼ਾਂ ਦਾ ਟੋਟਾ ਕਰਾ ਲਿਆਇਓ ਚੱਕੀ ਦੇ ਉੱਤੋਂ ਅਤੇ 15 ਕਿਲੋ ਲਿਆਇਓ ਵੜੇਵੇਂ ਵਧੀਆ ਵਾਲੇ। ਕਣਕ ਅਤੇ ਮੱਕੀ ਜਿਹਦਾ ਆਪਾਂ ਟੋਟਾ ਕਰਾ ਕੇ ਲਿਆਂਦਾ ਉਹਦਾ 1 ਕਿਲੋ ਵਜ਼ਨ ਤੁਸੀਂ ਰੋਜ਼ ਦਾ ਅਤੇ 1/2 ਕਿਲੋ ਵੜੇਵੇਂ, ਇਹ ਤਿੰਨੇ ਚੀਜ਼ਾਂ ਚੁੱਲ੍ਹੇ ਦੇ ਉੱਤੇ ਚੰਗੀ ਤਰ੍ਹਾਂ ਰਿੰਨ ਲੈਣੀਆਂ। ਇਸ ਦੇ ਨਾਲ ਜੇ ਤਾਂ ਆਪਾਂ ਇਹ ਖੁਰਾਕ ਆਪਣੇ ਪਸ਼ੂ ਨੂੰ ਸੌਣ ਭਾਦੋਂ ਦੇ ਮਤਲਬ ਕਿ ਗਰਮੀ ਦੇ ਮਹੀਨਿਆਂ 'ਚ ਦੇ ਰਹੇ ਹਾਂ ਤਾਂ ਜਦੋਂ ਇਹ ਆਪਾਂ ਥੱਲੇ ਲਾ ਲਿਆ ਤਾਂ ਇਹਦੇ ਵਿੱਚ ਤੁਸੀਂ ਪਾਈ ਆ ਗੁੜ ਪਾ ਲੈਣਾ, ਅਤੇ ਜੇ ਇਹ ਖੁਰਾਕ ਆਪਾਂ ਦਸੰਬਰ ਜਨਵਰੀ ਦੇ ਮਹੀਨੇ 'ਚ ਦੇ ਰਹੇ ਹਾਂ ਤਾਂ ਪਾਈ ਆ ਗੁੜ ਇਹਦੇ ਵਿੱਚ ਪਾ ਕੇ ਰਿੰਨ ਲਓ। ਇਸ ਤੋਂ ਬਾਅਦ ਜਦੋਂ ਠੰਡਾ ਹੋ ਗਿਆ ਇਹ ਸਾਰਾ ਸਮਾਨ ਤਾਂ 50 ਗ੍ਰਾਮ ਆਪਾਂ ਮਿੱਠਾ ਸੋਡਾ ਪਾ ਲੈਣਾ ਇਹਦੇ ਵਿੱਚ, ਅਤੇ ਇਸ ਦੇ ਨਾਲ ਹੀ ਕਿਸੇ ਕੰਪਨੀ ਦਾ ਮਿਨਰ ਮਿਕਸਚਰ ਜਿਵੇਂ ਕਿ ਰੈਪਰੋਮੈਨ ਉਹਦੀ ਤਾਂ ਡੋਜ਼ ਆਪਾਂ 35-40 ਗ੍ਰਾਮ ਰੱਖਣੀ ਆ, ਜਾਂ ਫਿਰ ਹੋਰ ਕਿਸੇ ਕੰਪਨੀ ਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹਦੀ ਡੋਜ਼ ਜਿੰਨੀ ਕੰਪਨੀ ਰੈਕਮੈਂਡ ਕਰਦੀ ਉਸ ਹਿਸਾਬ ਨਾਲ ਉਹਦੀ ਡੋਜ਼ ਵਿੱਚ ਪਾ ਲਓ। ਇਹ ਖੁਰਾਕ ਤੁਸੀਂ 1.5-2 ਮਹੀਨੇ ਲਗਾਤਾਰ ਦਿਓ, ਹੋ ਸਕਦਾ ਮਹੀਨੇ 'ਚ ਵੀ ਰਿਜ਼ਲਟ ਦੇ ਦੇ
ਪਰ ਤੁਸੀਂ 1.5-2 ਮਹੀਨੇ ਖੁਰਾਕ ਦਿਓ ਜਾਂ ਮਹੀਨਾ ਖੁਰਾਕ ਦਿਓ, ਇਸ ਤੋਂ ਬਾਅਦ ਜਦੋਂ ਤੁਹਾਡਾ ਪਸ਼ੂ ਹੀਟ ਦੇ ਵਿੱਚ ਆਉਂਦਾ, ਜੇ ਤਾਂ ਜਲਦੀ 15-20 ਦਿਨਾਂ 'ਚ ਹੀਟ 'ਚ ਆਉਂਦਾ ਤਾਂ ਇੱਕ ਵਾਰੀ ਚੈੱਕ ਕਰਾ ਲਓ ਬੱਚੇਦਾਨੀ ਦੀ ਗਰੋਥ। ਜੇ ਤੁਹਾਨੂੰ ਥੋੜ੍ਹੀ ਜਿਹੀ ਕਮੀ ਲੱਗਦੀ ਆ ਤਾਂ ਜਦੋਂ ਇਦੋਂ ਅਗਲੀ ਹੀਟ 'ਤੇ ਤੁਸੀਂ ਬੱਚੇਦਾਨੀ ਚੈੱਕ ਕਰਾਓਗੇ ਤਾਂ ਤੁਹਾਨੂੰ ਕਹਿ ਲਈਏ ਇੱਕ ਜਾਦੂ ਵਾਲੇ ਰਿਜ਼ਲਟ ਦੇਖਣ ਨੂੰ ਮਿਲਣਗੇ। ਤੁਹਾਡਾ ਡਾਕਟਰ ਵੀ ਪੁੱਛੂਗਾ ਵੀ ਕੀ ਦਿੱਤਾ ਤੁਸੀਂ ਆਪਣੇ ਪਸ਼ੂ ਨੂੰ, ਤੁਹਾਡੇ ਪਸ਼ੂ ਦੀ ਬੱਚੇਦਾਨੀ ਦੀ ਗਰੋਥ ਇੰਨੀ ਕੁ ਵਧੀਆ ਹੋ ਜਾਊਗੀ ਜਿਵੇਂ ਦੂਜੇ ਤੀਜੇ ਸੂਏ ਵਾਲੀ ਮੱਝ ਦੀ ਗਰੋਥ ਹੁੰਦੀ ਹੈ ਬੱਚੇਦਾਨੀ ਦੀ, ਇੱਦਾਂ ਦੀ ਗਰੋਥ ਦੇਖਣ ਨੂੰ ਮਿਲੂਗੀ। ਅਤੇ ਜਦੋਂ ਤੁਸੀਂ ਆਪਣੇ ਪਸ਼ੂ ਦੇ ਸੀਵਨ ਭਰਾਓਗੇ ਤਾਂ ਤੁਹਾਡਾ ਪਸ਼ੂ ਨੇ ਗੱਭਣ ਵੀ ਰਹਿ ਜਾਣਾ। ਬਾਕੀ ਜੇ ਫਿਰ ਵੀ ਕੋਈ ਗੱਲ ਰਹਿ ਗਈ ਵਿੱਚ ਦੱਸਣ ਵਾਲੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹਾਂ। ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਹਰੇਕ ਕਮੈਂਟ ਦਾ ਜਵਾਬ ਦਿੱਤਾ ਜਾਵੇ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਫੇਸਬੁੱਕ ਅਤੇ ਵਟਸਐਪ ਵਾਲੇ ਜਿੰਨੇ ਵੀ ਪਸ਼ੂਆਂ ਵਾਲੇ ਗਰੁੱਪ ਆ ਜਾਂ ਆਪਣੇ ਆਂਢੀ ਗੁਆਂਢੀ ਆ, ਸਾਰਿਆਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਨੂੰ। ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ। ਜੇ ਹਜੇ ਵੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੋਲੋ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰ ਲਓ। ਧੰਨਵਾਦ ਬਾਈ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ।